ਜਿੰਨੇ ਵਿਦਿਆਰਥੀ ਸੀ, ਇਹ ਮੋਦੀ ਸਰਕਾਰ ਦੀ ਉਪਲਬਧੀ ਹੈ ਕਿ ਰਸ਼ੀਆ ਦੇ ਰਾਸ਼ਟਰਪਤੀ ਨੂੰ, ਪੁਤਿਨ ਜੀ ਨੂੰ ਕਨਵਿੰਸ ਕੀਤਾ ਮੋਦੀ ਜੀ ਨੇ ਕਿ ਯੁੱਧ ਵਿਰਾਮ ਕੀਤਾ ਜਾਏ। ਇਤਿਹਾਸ ਦੇਖੋ ਉਸ ਬੱਬਰ ਸ਼ੇਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਕਿ ਪੁਤਿਨ ਹੋਰਾਂ ਨੇ ਕਿਹਾ ਕਿ ਮੈਂ ਯੁੱਧ ਰੋਕਤਾ ਇੰਨੇ ਘੰਟਿਆਂ ਲਈ, ਤੁਸੀਂ ਆਰਾਮ ਦੇ ਨਾਲ ਉਹ ਬੱਚੇ ਜਿਹੜੇ ਯੂਕਰੇਨ ਵਿੱਚ ਮੈਡੀਕਲ ਕਾਲਜਿਸ ਵਿੱਚ, ਇੰਜੀਨੀਅਰਿੰਗ ਕਾਲਜਿਸ ਵਿੱਚ ਫਸੇ ਹੋਏ ਸੀ, ਉਹ ਬੱਚੇ ਵਾਪਸ ਲੈ ਕੇ ਆਏ। ਅਫਗਾਨਿਸਤਾਨ ਤੋਂ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੀ, ਉਹ ਪੁਰੀ ਸਾਹਿਬ ਸਿਰ 'ਤੇ ਆਪਣੇ ਆਦਰ ਦੇ ਨਾਲ ਵਾਪਸ ਲੈ ਕੇ ਆਏ। ਜਿੱਥੇ ਜਿੱਥੇ ਵੀ ਭਾਰਤੀ ਜਿਹੜੇ ਨੇ ਉਹ ਲੇਟੈਸਟ ਉਹ ਜਿਹੜਾ ਜਹਾਜ਼ ਸੀ ਸਮੁੰਦਰੀ, ਜਿੱਥੇ ਲੁਟੇਰਿਆਂ ਨੇ ਕਬਜ਼ਾ ਕਰ ਲਿਆ ਸੀ, ਭਾਰਤੀਆਂ ਨੂੰ ਬੰਦੀ ਬਣਾ ਲਿਆ ਸੀ, ਨੌ ਸੈਨਿਕ ਭੇਜੇ ਆਪਣੇ ਜਿਹੜੇ ਵੀਰ ਨੌ ਸੈਨਿਕ ਸੀ, ਉਹ ਸਾਰੇ ਬੰਧਕ ਭਾਰਤੀ ਮੁਕਤ ਕਿੰਨੇ ਕਰਾਏ ਮੋਦੀ ਜੀ ਨੇ, ਔਰ ਉਹ ਲੁਟੇਰਿਆਂ ਨੂੰ ਗ੍ਰਿਫਤਾਰ ਕਿੰਨੇ ਕੀਤਾ ਮੋਦੀ ਜੀ ਨੇ, ਕਿੱਥੇ ਜਾ ਕੇ ਉਹ ਜਹਾਜ਼ ਜਿਹੜਾ ਸੀ ਉਹਨੂੰ ਬੰਧਕ ਬਣਾਇਆ ਸੀ, ਔਰ ਭਾਰਤੀ ਨੌ ਸੈਨਾ ਨੇ ਜਾ ਕੇ ਘੇਰ ਕੇ, ਇਹ ਮਾਨਸਿਕਤਾ ਜਿਹੜੀ ਹੈ ਮੋਦੀ ਜੀ। ਐਨੀ ਮੋਰ ਕੁਐਸਚਨ, ਇਹ ਇੱਕ ਸੈਕਿੰਡ, ਇੱਕ ਐਸਾ ਹੈ ਜੀ ਕਿ ਪ੍ਰਯਾਸ ਮੋਦੀ ਜੀ ਦੇ ਪੂਰੇ ਚੱਲ ਰਹੇ ਨੇ, ਇੱਕ ਵੀ ਭਾਰਤੀ ਜਿਹੜਾ ਹੈ ਉਹਨੂੰ ਪੂਰਾ ਸੇਫਲੀ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਅਸੀਂ ਵਚਨਬੱਧ। ਨਹੀਂ ਐਸਾ ਜੀ, ਮੈਂ ਅਫਸੋਸ ਕਰਨਾ, ਦੇਖੋ ਇਹ ਭਗਵਾਨ ਦੇ ਹੱਥ 'ਚ ਹੈ, ਮੈਨੂੰ ਪੂਰਾ ਅਫਸੋਸ ਹੈ ਉਸ ਪਰਿਵਾਰ ਦੇ ਨਾਲ, ਪਰ ਅਸੀਂ ਵਚਨਬੱਧ ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਜਨਰਲ ਵੀ ਕੇ ਸਿੰਘ, ਉਹਨਾਂ ਦੀ ਡਿਊਟੀ ਇਹ ਸੀ ਜਦੋਂ ਮੈਂ ਸਾਂਸਦ ਸੀ ਕਿ ਉਹ ਜਾਂਦੇ ਸੀ ਔਰ ਕਿਸੇ ਵੀ ਜਗ੍ਹਾ 'ਤੇ, ਕਿਉਂਕਿ ਉਹ ਆਰਮੀ ਦੇ ਚੀਫ ਰਹੇ, ਕਿਤੇ ਵੀ ਭਾਰਤੀ ਮੁਸ਼ਕਿਲ 'ਚ ਹੁੰਦੇ ਸੀ ਅਤੇ ਉਹਨਾਂ ਨੂੰ ਲੈ ਕੇ ਆਉਂਦੇ ਸੀ। ਸੁਸ਼ਮਾ ਸਵਰਾਜ ਜੀ ਤੋਂ ਲੈ ਕੇ ਅੱਜ ਜੈਸ਼ੰਕਰ ਜੀ ਨੇ ਇੱਕ ਮੇਲ ਦੇ ਉੱਤੇ ਕੋਈ ਭਾਰਤੀ ਕਿੱਥੇ ਮੁਸ਼ਕਿਲ 'ਚ ਵਾਪਸ ਆਉਂਦਾ, ਔਰ ਦੁਬਈ ਦੇ ਵਿੱਚ ਔਰ ਮਿਡਲ ਈਸਟ 'ਚ ਲੋ ਅਲੱਗ ਨੇ ਤੁਹਾਨੂੰ ਪਤਾ, ਸੋ ਉੱਥੇ ਵੀ ਕਿਸੇ ਵੀ ਭਾਰਤੀ ਨੂੰ ਮਤੁਦੰਡ ਮਿਲਿਆ, ਉਹਨਾਂ ਨੂੰ ਉਹ ਰਾਸ਼ੀ ਉਪਲਬਧ ਕਰਾ ਕੇ ਸਾਡੀ ਸਰਕਾਰ ਵਾਪਸ ਲੈ ਗਈ। ਸੁਣੋ, ਸਰਕਾਰ ਦੇ ਪ੍ਰਤੀ ਅੱਜ ਜੋ ਇਹ ਛਿਟਪੁਟ ਘਟਨਾਵਾਂ ਨੇ, ਇਹ ਸ਼ੜਿਅੰਤਰ ਹੈ। ਇਹ ਜਿਹੜੇ ਵਿਦੇਸ਼ੀ ਮੈਨੂੰ ਜਵਾਬ ਦੇਣ ਦਿਓ ਨਾ ਜੀ, ਮੈਨੂੰ ਜਵਾਬ ਦੇਣ ਦਿਓ, ਤੁਸੀਂ ਮੈਨੂੰ ਜਵਾਬ ਹੀ ਨਹੀਂ ਦੇਣ ਦੇ ਰਹੇ, ਹੁਣ ਮੈਨੂੰ ਜਵਾਬ ਦੇਣ ਦਿਓ। ਹਾਂ, ਤੁਸੀਂ ਕਹਿ ਰਹੇ ਹੋ, ਤੁਸੀਂ ਨੌਜਵਾਨ ਮਰੇ, ਦੇਖੋ ਮੇਰੀ ਸੁਣੋ, ਅਸੀਂ ਲੈਟਸ ਨੋਟ ਡਾਈਵਰਟ ਦਾ ਟੋਪਿਕ। ਐਸਾ ਹੈ ਕਿ ਅੱਜ ਭਾਰਤੀ ਸੈਨਾ ਦੇ ਜਿਹੜੇ ਜਵਾਨ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਉਹ ਆਤੰਕਵਾਦੀਆਂ ਦਾ ਵਿਨਾਸ਼ ਕਰ ਰਹੇ ਨੇ। ਅੱਜ ਇਹ ਜਿਹੜੇ ਸ਼ੜਿਅੰਤਰ ਨੇ ਪਾਕਿਸਤਾਨ ਦੇ, ਉਹ ਮੂੰਹ ਤੋੜ ਉਹਦਾ ਜਵਾਬ ਦਿੱਤਾ ਜਾ ਰਿਹਾ, ਲਗਾਤਾਰ ਦਿੱਤਾ ਜਾ ਰਿਹਾ। ਪੰਜਾਬ ਵਿੱਚ ਵੀ ਪਾਕਿਸਤਾਨ ਨੇ ਪ੍ਰਯਾਸ ਕੀਤਾ ਸੀ, ਪੰਜਾਬ 'ਚੋਂ ਆਤੰਕਵਾਦ ਅੱਜ ਖਤਮ ਹੋਇਆ, ਪੰਜਾਬ ਦੇ ਵਿੱਚ ਹੁਣ ਜਾ ਕੇ ਸ਼ੁਰੂ ਹੋਇਆ, ਉਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਇਹ ਆਤੰਕਵਾਦ ਖਤਮ ਕਰਨ ਲਈ ਅਸੀਂ ਪ੍ਰਤੀਬੱਧ ਹਾਂ। ਅੰਤ ਤੱਕ ਇਹ ਆਤੰਕਵਾਦੀਆਂ ਨੂੰ ਖਤਮ ਕਰਾਂਗੇ, ਔਰ ਸੈਨਿਕ ਜਵਾਨ ਜਿਹੜੇ ਨੇ ਉਹਨਾਂ ਨੂੰ ਮੈਂ ਨਮਨ ਕਰਦਾ। ਅੱਗੇ ਬਿਜਲੀ ਇਹ ਕਹਿੰਦੇ ਸੀ ਮੁਫ਼ਤ ਦਿਆਂਗੇ ਆਮ ਆਦਮੀ ਵਾਲੇ, 1 ਲੱਖ ਕਰੋੜ ਦਾ ਕਰਜ਼ਾ ਪਾਤਾ ਪੰਜਾਬ ਦੇ 2.5 ਸਾਲ ਵਿੱਚ, ਹੋਰ ਵੱਧ ਗਿਆ ਹੋਏਗਾ। ਪੰਜਾਬ ਨੂੰ ਤਰਾਸ਼ਾ ਹੀ ਕਰਤਾ, ਪੰਜਾਬ ਦੇ ਭਵਿੱਖ ਦੇ ਉੱਤੇ ਗ੍ਰਹਿਣ ਲਾਤਾ ਇਹਨਾਂ ਲੋਕਾਂ ਨੇ, ਔਰ ਬਿਜਲੀ
ਕੋਈ ਮੁਫਤ ਨਹੀਂ ਹੈ, ਇਹ ਬਿਜਲੀ ਤੁਹਾਡੀ ਜੇਬ ਤੇ ਡਾਕਾ ਵੱਜ ਗਿਆ ਔਰ ਆਮ ਆਦਮੀ ਪਾਰਟੀ ਦਾ ਭ੍ਰਿਸ਼ਟਾਚਾਰ ਹੈ। ਉਸ ਲੈਵਲ ਦੇ ਉੱਤੇ ਇਹ ਸੂਰਿਆ ਦੀ ਸੂਰਿਆ ਤੋਂ ਮੁਫਤ ਊਰਜਾ ਲੈ ਕੇ ਤੁਹਾਡੇ ਘਰਾਂ ਦੀ ਬਿਜਲੀ ਪਹੁੰਚਾਉਣਗੇ ਮੋਦੀ ਜੀ। ਉਸ ਤੋਂ ਬਾਅਦ ਇਸ ਬਜਟ ਵਿੱਚ 1 ਕਰੋੜ ਜਿਹੜੇ ਬੇਘਰ ਲੋਕ ਨੇ ਜਿਹਨਾਂ ਦੇ ਸਿਰ ਤੇ ਛੱਤ ਨਹੀਂ ਹੈ, ਉਹ ਸਾਡੀ ਆਵਾਸ ਯੋਜਨਾ ਉਹਦੇ ਚੱਲ ਹੀ ਰਹੀ ਹੈ, ਉਹਨੂੰ ਅੱਗੇ ਵਧਾਉਂਦੇ ਹੋਏ 1 ਕਰੋੜ ਜਿਹੜੇ ਹੋਮਲੈਸ ਲੋਕ ਨੇ ਉਹਨਾਂ ਨੂੰ ਘਰ ਦਿੱਤੇ ਜਾਣ। 70 ਸਾਲ ਦੇ ਪੈਂਡਿੰਗ ਪ੍ਰੋਜੈਕਟਸ ਅਸੀਂ ਪੂਰੇ ਕੀਤੇ ਨੇ। ਐਤਕੀ ਬਜਟ ਵਿੱਚ 100 ਤੋਂ ਵੱਧ ਪੰਜਾਬ ਦੇ ਸਟੇਸ਼ਨ ਦੀ ਬਜਟ ਦਿੱਤਾ ਗਿਆ ਔਰ ਬਟਾਲੇ ਲਈ ਵੀ ਤੁਹਾਡੀ ਇਨਫੋਰਮੇਸ਼ਨ ਹੈ, ਆਜ਼ਾਦ ਹੋਇਆ ਸਾਨੂੰ 77 ਸਾਲ ਹੋ ਗਏ, 78 ਸਾਲ ਹੋ ਗਏ, ਪਹਿਲੀ ਵਾਰੀ ਬਟਾਲਾ ਦੇ ਸਟੇਸ਼ਨ ਦੇ ਨਵੀਨੀਕਰਨ ਦਾ ਪ੍ਰੋਜੈਕਟ ਵੀ ਜਾ ਚੁੱਕਾ ਹੈ ਔਰ ਉਹ ਜਿਹੜੀ ਕਰੋਸਿੰਗ ਤੁਸੀਂ ਕਹਿ ਰਹੇ ਹੋ ਉਹ ਵੀ ਜਾ ਚੁੱਕਾ ਹੈ, ਪ੍ਰਪੋਜ਼ਲ ਹੋ ਗਏ ਨੇ। ਸੋ ਇਹ ਖੁਸ਼ਖਬਰੀ, ਕ੍ਰੈਡਿਟ ਗੋਜ਼ ਟੂ ਮੋਦੀ ਜੀ ਨੇ। ਥੈਂਕ ਯੂ ਸੋ ਵੈਰੀ ਮੱਚ ਫੋਰ ਯੋਰ ਪ੍ਰੈਜੈਂਸ ਹੇਅਰ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।